ਅੱਜ ਦੀਆਂ ਖਬਰਾਂ ਬਲਾਈਏ ਤੇ ਸਭ ਤੋਂ ਇੰਪੋਰਟੈਂਟ ਖਬਰ ਆ ਰਹੀ ਹੈ ਕੈਲੀਫੋਰਨੀਆ ਤੋਂ ਕੈਲੀਫੋਰਨੀਆ ਦੇ ਸਕੂਲਸ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ 110000 ਸਟੂਡੈਂਟ ਘਟ ਗਏ ਹੈਗੇ ਆ ਇਸ ਸਾਲ ਪਿਛਲੇ ਸਾਲਾਂ ਤੋਂ 5 ਸਾਲਾਂ ਤੋਂ ਲਗਾਤਾਰ ਸਟੂਡੈਂਟਸ ਘਟਦੇ ਜਾ ਰਹੇ ਹੈਗੇ ਆ 1.8% ਸਟੂਡੈਂਟ ਲਾਸ ਹੋਏ ਆ ਕੈਲੀਫੋਰਨੀਆ ਸਟੇਟ ਦੇ ਵਿੱਚ ਸੋ ਟੋਟਲ ਸਟੂਡੈਂਟਸ ਦੀ ਗਿਣਤੀ ਰਾਈਟ ਨਾਓ 5 ਲੱਖ 5.98 ਮਿਲੀਅਨ ਡਾਲਰ ਹੈਗੀ ਆ ਮਿਲੀਅਨ ਸਟੂਡੈਂਟਸ ਦੀ ਹੈਗੀ ਆ 5.89 ਮਿਲੀਅਨ ਸੋ ਇੱਕ ਕਾਰਨ ਘਟਣ ਦਾ ਇਹ ਵੀ ਆ ਕਹਿੰਦੇ ਪਈ ਜਿਹੜਾ ਬਰਥ ਰੇਟ ਆ ਉਹ ਘਟਿਆ ਹੈ ਕਾਫੀ ਤੇ ਬਹੁਤ ਸਾਰੇ ਲੋਕ ਕੈਲੀਫੋਰਨੀਆ ਸਟੇਟ ਤੋਂ ਮੂਵ ਆਊਟ ਹੋ ਰਹੇ ਹੈਗੇ ਆ ਤੇ ਕਈ ਸਾਰੇ ਲੋਕ ਕਰੋਨਾ ਵਾਇਰਸ ਦੇ ਦੌਰਾਨ ਘਰਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸੀ ਤੇ ਉਹ ਕਹਿੰਦੇ ਅਸੀਂ ਹੁਣ ਹੋਮ ਸਕੂਲਿੰਗ ਹੀ ਕਰਨੀ ਆ ਇਹਨਾਂ ਨੂੰ ਸਕੂਲੇ ਨਹੀਂ ਭੇਜਣਾ ਹੈਗਾ ਜੇ ਆਪਾਂ ਰੇਸ ਵਾਈਜ਼ ਦੇਖਿਆ ਜਾਵੇ ਕਹਿੰਦੇ ਕਿ ਓਵਰਆਲ ਡਿਕਲਾਈਨ 4.9% ਹੋਇਆ ਵਾਈਟ ਸਟੂਡੈਂਟਸ ਦੇ ਵਿੱਚ 3.6% ਬਲੈਕ ਸਟੂਡੈਂਟਸ ਦੇ ਵਿੱਚ 1.9% ਏਸ਼ੀਅਨ ਅਮਰੀਕਾ ਦੇ ਅਮਰੀਕਨਸ ਦੇ ਵਿੱਚ ਤੇ 0.9% ਹਿਸਪੈਨਿਕ ਤੇ ਲਾਟੀਨੋ ਸਟੂਡੈਂਟਸ ਦੇ ਵਿੱਚ ਐਵਰੇਜ ਕੈਲੀਫੋਰਨੀਆ ਦੇ ਵਿੱਚ ਜਿਹੜੀ ਸਟੇਟ ਹੈਗੀ ਆ ਉਹ 10000 ਡਾਲਰ ਇੱਕ ਸਟੂਡੈਂਟ ਦੇ ਉੱਤੇ ਸਪੈਂਡ ਕਰਦੀ ਆ ਡਿਸਟ੍ਰਿਕਟ ਵਾਈਜ਼ ਸੋ ਇਹ ਹੁਣ ਦੇਖੋ ਤੁਸੀਂ ਕਿੰਨੇ ਜ਼ਿਆਦੇ ਜਿਹੜੇ ਪੈਸੇ ਆ ਉਹ ਸਕੂਲਾਂ ਨੂੰ ਘਟਣਗੇ ਸੋ ਉਹ ਤੋਂ ਬਾਅਦ ਫਿਰ ਸਕੂਲਾਂ 'ਚ ਲੇ-ਆਫ ਹੋਊਗੀ ਬੇਰੀਆ ਦੇ ਵਿੱਚ ਓਕਲੈਂਡ ਸੈਨ ਫਰਾਂਸਿਸਕੋ ਬੈਸਟ ਕੌਂਟਰਾ ਕੋਸਟਾ ਸਕੂਲ ਸਾਰਿਆਂ ਦੇ ਵਿੱਚ ਪੋਪੂਲੇਸ਼ਨ ਘਟੀ ਹੈਗੀ ਕੱਲ੍ਹ ਜੇ ਸੈਨ ਫਰਾਂਸਿਸਕੋ ਦੀ ਦੱਸਤੀ ਗਈ ਹੈ ਸੈਨ ਫਰਾਂਸਿਸਕੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਚ 2552 ਸਟੂਡੈਂਟ ਪਿਛਲੇ ਸਾਲ ਨਾਲੋਂ ਇਸ ਵਾਰੀ ਘੱਟ ਹੋਏ ਆ ਸੋ ਕਹਿੰਦੇ ਭਈ ਜੇ ਦੇਖਿਆ ਜਾਵੇ 40 ਮਿਲੀਅਨ ਡਾਲਰ ਦੇ ਕਰੀਬ ਉਹ ਜਿਹੜਾ ਘਾਟਾ ਪਊਗਾ ਸੈਨ ਫਰਾਂਸਿਸਕੋ ਨੂੰ ਸੋ ਬਾਕੀ ਜਿਹੜੇ ਸੈਨ ਡੀਗੋ ਕਾਉਂਟੀ ਅਲੱਗ-ਪੱਗ ਹਰ ਕਾਉਂਟੀ ਦੇ ਵਿੱਚ ਸਟੂਡੈਂਟਸ ਦੀ એનਰੋਲਮੈਂਟ ਘਟੀ ਹੈਗੀ ਹੈ ਜੀ ਬਿਲਕੁਲ ਹੈ 2016-17 ਤੋਂ ਬਾਅਦ ਦੇ ਵਿੱਚ ਹੁਣ ਤੱਕ ਚਾਰਟਰ ਸਕੂਲਾਂ ਦੇ ਵਿੱਚ એનਰੋਲਮੈਂਟ ਵੱਧ ਰਹੀ ਆ ਪਿਛਲੇ ਸਾਲ ਚਾਰਟਰ ਸਕੂਲਾਂ ਦੇ ਵਿੱਚ 16-17 ਦੇ ਮੁਕਾਬਲੇ 1.14% એનਰੋਲਮੈਂਟ ਹੋਈ ਸੀ ਜਦਕਿ ਪਬਲਿਕ ਸਕੂਲਾਂ ਦੇ ਵਿੱਚ ਮਾਈਨਸ 3.5% ਯਾਨੀ ਕਿ ਉੱਥੇ ਘਟੀ ਸੀਗੀ ਸੋ ਪਰ ਜੇ ਕਹਿੰਦੇ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੀ ਦੇਖਿਆ ਜਾਵੇ ਚਾਰਟਰ ਸਕੂਲਾਂ ਦੇ ਵਿੱਚ ਵੀ انرੋਲਮੈਂਟ ਘਟ ਚੁੱਕੀ ਹੈਗੀ ਇੱਥੇ ਵੀ 2% ਦੀ ਗਿਰਾਵਟ ਚਾਰਟਰ ਸਕੂਲਾਂ ਦੇ ਵਿੱਚ ਦੇਖੀ ਗਈ ਆ ਸੋ ਕਹਿੰਦੇ ਵੀ ਜੇ ਦੇਖਿਆ ਜਾਵੇ ਵੀ ਵਾਈਟ ਬਲੈਕ ਏਸ਼ੀਅਨੀਆਂ ਲਾਟੀਨੋ ਸਟੂਡੈਂਟਸ ਦੇ ਹਿਸਾਬ ਦੇ ਨਾਲ ਡ੍ਰੌਪ ਦੇਖਿਆ ਜਾਵੇ ਤਾ ਕਹਿੰਦੇ ਵੀ ਹੁਣ ਤੱਕ 6% ਡ੍ਰੌਪ ਹੋਇਆ ਹੈ ਹੋਮਲੈਸ ਸਟੂਡੈਂਟਸ 4% ਡ੍ਰੌਪ ਫੌਸਟਰ ਯੂਥ ਤੇ 3% ਸੋਸ਼ੀਓ ਇਕਨੋਮਿਕਲੀ ਡਿਸਐਡਵਾਂਟੇਜਡ ਸਟੂਡੈਂਟਸ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਤੇ ਅੱਧਾ ਪਰਸੈਂਟ ਜਿਹੜੇ ਸਟੂਡੈਂਟ ਡਿਸੇਬਿਲਿਟੀਆਂ ਦੇ ਨਾਲ ਆ ਓਵਰਆਲ ਉਹਨਾਂ ਦਾ ਜਿਹੜੀ ਗਰਾਵਟ ਉਹ ਦਰਜ ਹੋਈ ਆ ਸੋ ਕਹਿੰਦੇ ਵੀ ਪੈਸੀਫਿਕ ਆਈਲੈਂਡਰਸ ਦੇ ਜਿਹੜੇ ਸਟੂਡੈਂਟ ਆ ਉਹ ਬਾਕੀ ਸਾਰੇ ਸਟੂਡੈਂਟਸ ਦੇ ਮੁਕਾਬਲੇ ਉਹਨਾਂ ਦੀ ਸਭ ਤੋਂ ਜ਼ਿਆਦਾ ਅਨਰੋਲਮੈਂਟ ਜਿਹੜੀ ਉਹ ਡਾਊਨ ਹੋਈ ਆ ਸੋ ਜੇ ਸਭ ਤੋਂ ਵੱਧ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਸਭ ਤੋਂ ਘੱਟ ਵਿਦਿਆਰਥੀਆਂ ਨੇ ਅਨਰੋਲਮੈਂਟ ਕੀਤੀ ਆ ਤਕਰੀਬਨ ਮਾਈਨਸ 12% ਤੱਕ ਅਨਰੋਲਮੈਂਟ ਕਰੀ ਆ ਜਿੱਥੇ ਕਿ ਕੈਲੀਫੋਰਨੀਆ ਦੀ ਐਵਰੇਜ ਮਾਈਨਸ 5.5% ਬਣਦੀ ਆ 16 17 ਦੇ ਆંકੜਿਆਂ ਦੇ ਮੁਤਾਬਕ ਸੋ ਓਵਰਆਲ ਜਿਹੜੇ ਬੇਰੀਏ ਦੇ ਵਿੱਚ ਸਾਰੇ ਪਾਸੇ ਹੀ enrollment ਘਟੀ ਆ ਇਹ ਜਿੱਦਾਂ ਤੁਸੀਂ ਜ਼ਿਕਰ ਕੀਤਾ ਆ ਬਹੁਤ ਸਾਰੇ ਲੋਕ ਮੂਵ ਵੀ ਇੱਥੇ ਹੋਏ ਆ ਦੋ ਸਾਲਾਂ ਦੇ ਵਿੱਚ ਵਿਦਿਆਰਥੀ ਕਿੱਦਾਂ ਪੜ੍ਹੇ ਨੇ ਉਸ ਨੂੰ ਲੈ ਕੇ ਕਈ ਜਿਹੜੇ ਮਾਪੇ ਆ ਉਹਨਾਂ ਨੇ ਹੋਮ ਸਕੂਲਿੰਗ ਨੂੰ ਵੀ ਤਰਜੀਹ ਦੇਣੀ ਉਹ ਸ਼ੁਰੂ ਕਰ ਦਿੱਤੀ ਹੈਗੀ ਆ ਸੋ ਲੈਟਸ ਸੀ ਕੀ ਬਣਦਾ ਆ ਇਹ ਕਾਫੀ politically आ, activated ਮੁੱਦਾ ਜਿਹੜਾ ਪਿਛਲੇ ਦੋ ਸਾਲ ਦੇ ਵਿੱਚ ਰਿਆ ਹੈਗਾ ਪੈਨਿਡੈਮਿਕ ਨੇ ਓਵਰਆਲ ਸਕੂਲ انرੋਲਮੈਂਟ ਬੱਚਿਆਂ ਦਾ ਸਕੂਲਾਂ ਦੇ ਵਿੱਚ ਆਉਣਾ ਉਸ ਦੇ ਉੱਤੇ ਜ਼ਰੂਰ ਇੱਕ ਗ੍ਰਹਿਣ ਲਾਇਆ ਹੈ